ਚਮਕੌਰ ਸਾਹਿਬ ਦੇ ਪਿੰਡ ਜੰਟ ਸਾਹਿਬ 'ਚ ਚੱਲ ਰਹੀ ਸਿੱਖ ਅਕੈਡਮੀ ਦਾ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਦਾਫਾਸ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਅਕੈਡਮੀ 'ਚ ਕਰੀਬ 200 ਨੌਜਵਾਨਾਂ 'ਤੇ ਨਸ਼ਾ ਛਡਾਉਣ ਦੇ ਬਹਾਨੇ ਨਾਲ ਤਸ਼ੱਦਦ ਢਾਇਆ ਜਾ ਰਿਹਾ ਸੀ। ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਦੇਖਿਆ ਗਿਆ ਤਾਂ ਅਕੈਡਮੀ 'ਚ ਕਈ ਨੌਜਵਾਨ ਬੰਦ ਸਨ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਅਕੈਡਮੀ ਦੇ ਮਾਲਕ ਦੁਆਰਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਮਾਰਿਆ ਕੁੱਟਿਆ ਜਾਂਦਾ ਸੀ। ਨੌਜਵਾਨਾਂ ਨੇ ਦੱਸਿਆ ਕਿ ਨਸ਼ਾ ਛਡਾਉਣ ਦੇ ਨਾਮ 'ਤੇ ਉਹਨਾਂ ਦੇ ਮਾਪਿਆਂ ਤੋਂ ਹਜ਼ਾਰਾਂ ਰੁਪਏ ਵੀ ਇਕੱਠੇ ਕੀਤੇ ਜਾਂਦੇ ਸੀ। ਉੱਧਰ ਅਕੈਡਮੀ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਕੈਡਮੀ ਨਸ਼ਾ ਛਡਾਉਣ ਲਈ ਨਹੀਂ ਬਲਕਿ ਨੌਜਵਾਨਾਂ ਨੂੰ ਸਿੱਖੀ ਅਤੇ ਗੁਰਮਤਿ ਦਾ ਗਿਆਨ ਦੇਣ ਲਈ ਚਲਾਈ ਜਾ ਰਹੀ ਹੈ। ਨੌਜਵਾਨ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਜੀ ਦਿੱਲੀ ਤੋਂ ਜੀ, ਮੇਰਾ ਨਾਮ ਰੋਕਣਾ ਜੀ ਵੀਰ ਜੀ, ਉਹਨਾਂ ਮੈਨੂੰ ਬਹੁਤ ਪਰੇਸ਼ਾਨ ਕੀਤਾ, ਪੋਚੇ ਲਵਾਉਂਦੇ ਸਾਡੇ ਕੋਲੋਂ ਜੀ, ਕਦਰ ਪਿੱਲਰ 'ਤੇ ਬੰਨ ਦਿੰਦੇ ਜੀ। ਮੈਨੂੰ 9 ਮਹੀਨੇ ਹੋ ਗਏ ਜੀ, ਪਿਛਲੇ ਮਹੀਨੇ ਮੇਰੇ ਸਕੇ ਭਰਾ ਦਾ ਵਿਆਹ ਸੀਗਾ ਜੀ, ਮੈਨੂੰ ਇਹ ਇਹਨਾਂ ਨੇ ਮੈਨੂੰ ਮਤਲਬ ਵਿਆਹ ਦੇ ਨਹੀਂ ਜਾਣ ਦਿੱਤਾ ਜੀ, ਮੇਰੇ ਘਰ ਦੇ ਨੂੰ ਬਾਹਰ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ ਜੀ, ਨਾ ਮੁੰਡਾ ਮੈਨੂੰ 5 ਦਿਨ ਲਗਾਤਾਰ ਇੱਕ ਮਿੰਟ ਵੀ ਸੌਣ ਨਹੀਂ ਦਿੱਤਾ, ਮੈਂ ਦਵਾਈ ਲੈਣ ਗਿਆ ਜੀ, ਮੈਂ ਠੀਕ ਹੈ ਜੀ, ਮੈਨੂੰ 3 ਮਹੀਨੇ 'ਤੇ ਹੋ ਗਏ, ਠੀਕ ਹੈ ਜੀ, ਜਦੋਂ ਵੀ ਇੱਥੇ ਆਉਂਦੇ ਆ ਸਾਰੇ, ਠੀਕ ਹੈ ਜੀ, ਘਰਦਿਆਂ ਨੂੰ ਪਤਾ ਨਹੀਂ ਕਿਹੜੀ ਇਹੋ ਜਿਹੀ ਪੱਟੀ ਪੜਾ ਦਿੰਦੇ ਆ, ਠੀਕ ਹੈ ਜੀ, ਨਾ ਫੋਨ 'ਤੇ ਗੱਲ ਕਰਾਉਂਦੇ ਆ, ਤਾਲੇ ਕੱਢ ਕੱਢ ਮਰਜ਼ੀ ਦਾ ਵੀ ਗੱਲ ਕਰਾ ਲਓ, ਗੱਲ ਕਰਾ ਲਓ, ਠੀਕ ਹੈ ਜੀ, ਕੋਈ ਦਵਾਈ ਲੈਣੀ ਆ, ਟੀਕਾ, ਠੀਕ ਹੈ ਜੀ, ਕੱਪੜਿਆਂ ਤੋਂ ਕੋਈ ਕੱਪੜਾ ਨਹੀਂ ਤਾਰਨਾ, ਡੰਗਰਾਂ ਦੇ ਲਾਈ ਦਾ, ਠੀਕ ਹੈ ਜੀ, ਫਿਰ ਜਦੋਂ ਘਰਦਿਆਂ ਨੇ ਮੀਟਿੰਗ ਕਰਾਉਂਦੇ ਆ, ਠੀਕ ਹੈ ਜੀ, 2-3 ਮਹੀਨੇ ਬਾਅਦ ਮੀਟਿੰਗ ਕਰਾਉਣਗੇ ਅਤੇ 6 ਬੰਦੇ ਆਲੇ ਦੁਆਲੇ ਖੜਦੇ ਆ, 6 ਬੰਦੇ ਜਦੋਂ ਆਲੇ ਦੁਆਲੇ ਖੜਦੇ ਆ, ਠੀਕ ਹੈ ਜੀ, ਕੋਈ ਅੱਖ ਨਾ ਅੱਖ ਨਹੀਂ ਮਿਲਾਉਣ ਦੇਣੀ, ਇੱਥੋਂ ਸਮਝਾ ਕੇ ਲੈ ਕੇ ਜਾਣਾ ਵੀ ਜੇ ਤੂੰ ਉੱਥੇ ਜਾ ਕੇ ਕਹਿ ਦਿੰਦਾ ਵੀ ਮੈਨੂੰ ਘਰੇ ਲੈ ਜਾ ਅਤੇ ਤੁਹਾਨੂੰ ਹਫ਼ਤਾ ਹਫ਼ਤਾ ਪੋਚੇ 'ਤੇ ਲਾਉਣਾ ਵਾ, ਚਲੋ ਪੋਚੇ 'ਤੇ ਲਾਉਂਦੇ ਆ ਇੱਥੇ ਹਫ਼ਤਾ ਹਫ਼ਤਾ, ਠੀਕ ਹੈ ਜੀ, ਸੌਣ ਨਹੀਂ ਦੇਣਾ, ਅੱਖ ਨਹੀਂ ਬੰਦ ਕਰ ਦੇਣੀ, ਹਫ਼ਤਾ ਹਫ਼ਤਾ ਪੋਚਾ ਹੀ ਲਾਈ ਜਾਣਾ, ਕਹਿਣਾ ਘਰਦਿਆਂ ਨੂੰ ਤੁਸੀਂ ਇਹ ਨਹੀਂ ਕਹਿਣਾ ਵੀ ਇੱਥੋਂ ਲੈ ਜਾਓ, ਕੋਈ ਦੁਖੀ ਆ, ਹਾਂ ਪੁੱਛ ਰਹੇ ਆ ਵੀ ਕੋਈ ਕਮੀ ਹੈ, ਨਹੀਂ ਜੀ ਕੋਈ ਕਮੀ ਹੈਗੀ ਆ, ਨਹੀਂ ਜੀ, ਰੋਟੀ ਮਿਲਦੀ ਕਰਦੇ ਹੋ, ਹਾਂਜੀ ਨਸ਼ੇ ਵੀ ਲੱਗੇ ਸੀ, ਮੈਂ ਡਰਿੰਕ ਕਰਦਾ ਸੀਗਾ ਜੀ, ਮੈਨੂੰ ਕਾਲਾ ਪੀਲਿਆ ਕਰਕੇ ਘਰਦਿਆਂ ਨੇ ਭੇਜਿਆ ਸਿੱਖ ਅਕੈਡਮੀ ਕਰਕੇ ਵੀ ਇੱਥੇ ਦਵਾਈ ਖਾਣਗੇ, ਨਸ਼ਾ ਛਡਾਓ ਕੇਂਦਰ ਕਹਿਣਾ ਨਹੀਂ ਚਾਹੀਦਾ ਹੈਗਾ, ਇਹੀ ਨਾਂ ਯੂਜ਼ ਕਰਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦਾ ਹੈਗਾ, ਔਰ ਜਿਹੜੇ ਬੱਚੇ ਹੈਗੇ ਕਿਸੇ ਤੋਂ 15,000 ਕਿਸੇ ਤੋਂ 18,000 ਕਿਸੇ ਤੋਂ 20,000, ਨਾ ਦੇ ਨਾਲ ਕੋਈ ਲਾਇਸੈਂਸ ਅਪਲਾਈ ਕੀਤਾ ਹੈਗਾ, ਨਾ ਹੀ ਕੋਈ ਸਟੈਂਡਰਡਾਈਜ਼ ਤਰੀਕਾ ਹੈਗਾ ਉਹਦੀ, ਕੋਈ ਟ੍ਰੀਟਮੈਂਟ ਨਾ ਹੀ ਕੋਈ ਇਹਨਾਂ ਨੇ ਡਾਕਟਰ ਇੱਥੇ ਦੱਸਿਆ ਹੈਗਾ, ਔਰ ਬੱਚਿਆਂ ਨੂੰ ਫਿਜ਼ੀਕਲੀ ਮਾਰ ਮਾਰ ਕੇ ਇਹਨਾਂ ਨੇ ਇੱਥੇ ਰੱਖਿਆ ਹੋਇਆ, ਆਲਮੋਸਟ 200 ਬੱਚੇ ਹੈਗੇ, ਪਰ ਹੁਣ ਸਾਰਿਆਂ ਦਾ ਅਸੀਂ ਮੈਡੀਕਲ ਟੈਸਟ ਕਰਾਂਗੇ, ਹੁਣ ਸਾਰਿਆਂ ਨੂੰ ਹੁਣ ਤੋਂ ਲੈ ਕੇ ਜਿਹੜੀ ਅੱਗੇ ਉਹਨਾਂ ਦੀ ਟ੍ਰੀਟਮੈਂਟ ਹੈ ਉਹ ਸਾਡੀ ਰਿਸਪੋਂਸੀਬਿਲਟੀ ਹੈ, ਰੈੱਡ ਕਰਾਸ ਦੇ ਵਾਲੰਟੀਅਰ ਅਤੇ ਹੈਲਥ ਦੀ ਸਾਰੀ ਟੀਮਾਂ ਇੱਥੇ ਆ ਚੁੱਕੀਆਂ ਹੈਗੀਆਂ, ਅਤੇ ਜੋ ਸਾਰਾ ਇੱਥੇ ਅਸੈਸਮੈਂਟ ਕਰਨੀ ਹੈਗੀ ਉਹ ਅਸੀਂ ਕਰ ਰਹੇ ਹੈਗੇ, ਅਤੇ ਅਗਲੇ 2-3 ਦਿਨ ਵਿੱਚ ਜਿਹੜੇ ਅਤੇ ਪੇਰੈਂਟਸ ਆਪਣੇ ਬੱਚੇ ਨੂੰ ਲੈਣਾ ਚਾਹੁੰਦੇ ਵਾਪਸ ਆਪਣੇ ਨਾਂ ਲੈਣਾ ਚਾਹੁੰਦੇ ਹੈਗੇ ਉਹਨਾਂ ਨੂੰ ਲੈ ਜਾਣਗੇ, ਅਤੇ ਬਾਕੀ ਨੂੰ ਅਸੀਂ ਆਪਣੇ ਰੀਹੈਬਿਲੀਟੇਸ਼ਨ ਸੈਂਟਰ ਅਤੇ ਡਿਵੀਜ਼ਨ ਸੈਂਟਰ ਟ੍ਰੀਟਮੈਂਟ ਦੇਵਾਂਗੇ। ਸਰਕਾਰ ਇਹ ਦੇਖੋ ਇਹ ਲੀਗਲ ਤਰੀਕੇ ਤੋਂ ਜੋ ਵੀ ਰੱਖਦੇ ਹੈਗੇ, ਇੱਕ ਤਾਂ ਬਿਨਾਂ ਲਾਇਸੈਂਸ ਤੋਂ ਇਸ ਤਰ੍ਹਾਂ ਦਾ ਸੈਂਟਰ ਚਲਾਉਣਾ ਇੱਕ ਉਹ ਹੈਗਾ, ਇਹਦੇ ਇਲਾਵਾ ਜਿਹੜੇ ਡਰੱਗਸ ਇੱਥੇ ਬਰਾਮਦ ਹੋਏ ਹੈਗੇ ਉਹ ਡਰੱਗਸ ਐਕਟ ਦੀ ਵਾਇਲੇਸ਼ਨ ਹੈਗੀ, ਔਰ ਜਿਹੜੀ ਇਹਨਾਂ ਨੇ ਸੁਸਾਇਟੀ ਬਣਾਈ ਹੈਗੀ ਉਹ ਕਿਸ ਕੰਮ ਵਾਸਤੇ ਬਣਾਈ, ਔਰ ਇਹ ਕੀ ਕਰ ਰਹੇ ਹੈਗੇ, ਉਹ ਸਾਰੀ ਚੀਜ਼ਾਂ ਹੈਗੀਆਂ। ਇਸ ਦੇ ਇਲਾਵਾ ਹੋਰ ਵੀ ਇਹਨਾਂ ਨੇ ਕਾਫੀ ਇਸ ਤਰ੍ਹਾਂ ਦੇ ਜਾਨਵਰ ਵੀ ਰੱਖੇ ਹੈਗੇ ਜਿਹੜੇ ਬਹੁਤ ਰੇਅਰ ਹੈਗੇ, ਉਹ ਵੀ ਵਾਈਲਡ ਲਾਈਫ ਐਕਟ ਦੇ ਅੰਡਰ ਉੱਥੇ ਵੀ ਵਾਇਲੇਸ਼ਨ ਹੋਣੀ, ਜਿਹਦੇ ਕਿਉਂਕਿ ਹੁਣ ਇਸ ਵੇਲੇ ਮੌਕਾ ਚੱਲ ਰਿਹਾ ਹੈਗਾ, ਜਿਵੇਂ ਜਿਵੇਂ ਸਾਨੂੰ ਰਿਪੋਰਟ ਪੂਰੀ ਆਵੇਗੀ ਸਾਰੀ ਡਿਟੇਲ ਆਵੇਗੀ, ਉਸ ਬੇਸਿਸ 'ਤੇ ਅਸੀਂ ਅੱਗੇ ਕਾਰਵਾਈ ਕਰਾਂਗੇ। ਟ੍ਰੀਟਮੈਂਟ ਦੇ ਰਹੇ ਹੈਗੇ, ਓਬਵੀਅਸਲੀ ਉਹਨਾਂ ਨੂੰ ਜਿਹਨਾਂ ਨੇ ਰੱਖਿਆ ਹੈਗਾ ਜ਼ਬਰਦਸਤੀ ਰੱਖਿਆ ਹੋਇਆ ਹੈਗਾ, ਉਹਨਾਂ ਦੀ ਸਟੇਟਮੈਂਟ ਦੇ ਬੇਸਿਸ 'ਤੇ ਜੋ ਜੋ ਕਾਰਵਾਈ ਬਣੇਗੀ।
ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।